ਚੋਣ ਦੇ ਹੁਣ ਬਾਰੇ ਦੱਸ ਰਿਹਾ ਜੀ। ਇਹ ਦੇਖੋ ਇਹ ਵੰਡਾ ਪਾ ਦਿੱਤਾ ਜੀ, ਇਹ ਦੇਖੋ ਇਹ ਵੰਡਾ ਪਾ ਦਿੱਤਾ ਇੱਧਰ ਜੀ ਇੱਕ ਖਾਨੇ 'ਚ ਜੀ, ਇਹ ਦੂਸਰੇ ਖਾਨੇ 'ਚ ਵੰਡਾ ਪਾਈ ਜਾਂਦੇ ਜੀ। ਇਹ ਦੇਖੋ ਦੂਸਰੇ ਖਾਨੇ 'ਚ ਵੰਡਾ ਪਾ ਦਿੱਤਾ ਜੀ, ਇਹ ਦੇਖੋ ਦੂਸਰੇ ਖਾਨੇ 'ਚ ਵੰਡਾ ਪਾ ਕੇ ਜੀ ਹੁਣ ਤੁਹਾਨੂੰ ਦੱਸਾਂਗੇ ਮਸ਼ੀਨ ਕਿਵੇਂ ਚਵਾਈ ਹੋਣੀ ਹੈ ਜੀ। ਇਹ ਦੇਖੋ ਇਹ ਸਟਾਰਟ ਹੋ ਗਈ ਜੀ, ਠੀਕ ਹੈ ਜੀ। ਸਾਨ ਧੋ ਲੈ ਜੀ, ਧੋ ਕੇ ਚਵਾਈ ਹੋਣ ਲੱਗ ਗਈ, ਇੱਧਰ ਆ ਗਈ ਦੂਸਰੀ ਗਾਂ ਆ ਗਈ, ਠੀਕ ਹੈ ਜੀ। ਇਹ ਦੂਸਰੀ ਗਾਂ ਨੂੰ ਇਹ ਦੇਖੋ ਜੀ ਕੁੱਪੇ ਲਾ ਰਹੇ, ਇਹ ਦੇਖੋ ਠੀਕ ਹੈ ਜੀ, ਇਹ ਦੂਸਰੀ ਗਾਂ ਨੂੰ ਕੁੱਪੇ ਲਾ ਰਹੇ ਜੀ। ਚਾਰ ਥਾਂ ਹੁੰਦੇ ਨੇ, ਚਾਰ ਕੁੱਪੇ ਲੱਗੇ ਹੋਏ ਨੇ, ਠੀਕ ਹੈ ਜੀ। ਇਹ ਦੇਖੋ ਹੁਣ ਦੁੱਧ ਜਾਣ ਲੱਗ ਗਿਆ ਜੀ, ਇਹ ਦੇਖੋ ਇਹ ਦੁੱਧ ਜਾਣ ਲੱਗ ਗਿਆ ਜੀ ਅੱਗੇ ਇਸ ਮਸ਼ੀਨ ਦੇ ਵਿੱਚ, ਇਹ ਡਰੰਮੀ 'ਚ ਜਾਏਗਾ ਦੁੱਧ ਜੀ, ਹਾਂਜੀ। ਬਾਕੀ ਇਹ ਦੋ ਗਾਵਾਂ ਲੱਗੀਆਂ ਹੋਈਆਂ ਨੇ ਜੀ, ਠੀਕ ਹੈ ਜੀ। ਅਗਰ ਬਹੁਤੀ ਚਵਾਈ ਕਰਨੀ ਹੋਵੇ ਤਾਂ ਇਹਨੂੰ ਫੜ ਕੇ ਜੀ ਚਵਾਈ ਕਰ ਲੈਂਦੇ ਨੇ, ਹਾਂਜੀ। ਛੇਤੀ ਹੋਵੇ ਤਾਂ ਬੰਦੇ ਨੂੰ ਜੀ, ਦੇਖੋ ਜੀ ਚਵਾਈ, ਠੀਕ ਹੈ ਜੀ। ਹੋਰ ਦੇਖੋ ਠੀਕ ਹੋ ਰਹੀ ਹੈ ਭਾਜੀ, ਹਾਂਜੀ। ਇਹ ਦੇਖੋ ਇਹ ਪੈਪ ਲੱਥ ਜਾਏਗਾ ਜੀ, ਇਹ ਪੈਪ ਲੱਥ ਜਾਏਗਾ, ਚਵਾਈ ਨਹੀਂ ਹੋਏਗੀ ਕਿਉਂਕਿ ਇਹ ਪੈਪ ਪ੍ਰੈਸ਼ਰ ਹੈ, ਠੀਕ ਹੈ। ਹੋਰ ਉਹ ਮਸ਼ੀਨ ਹੈ ਕੁੱਪੇ ਉਸੇ ਟਾਈਮ ਡਿੱਗ ਪੈਂਦੇ ਨੇ, ਇਹ ਪ੍ਰੈਸ਼ਰ ਨਹੀਂ ਜੀ, ਠੀਕ ਹੈ ਜੀ। ਇਹ ਕੁੱਪੇ ਫੜ ਲੈਣੇ ਜੀ, ਮਸ਼ੀਨ ਦੀ ਚਵਾਈ ਹੋ ਰਹੀ ਹੈ ਜੀ, ਠੀਕ ਹੈ ਜੀ। ਦਵਾਦਾਰ ਚਵਾਈ ਹੋ ਰਹੀ, ਔਰ ਇੱਧਰ ਵੇਖੋ ਜੀ ਇਹ ਗਾ ਹੈ, ਇਹਨੂੰ ਜੀ ਚਵਾਈ ਕਰਨੀ ਹੈ, ਇੱਧਰ ਇਸ ਤਰੀਕੇ ਨਾਲ ਲਾ ਲੈਣੀ, ਇੱਧਰ ਵੰਡਾ ਹੋ ਗਿਆ ਜੀ, ਇਹ ਵੰਡਾ ਪਾ ਤਾ ਜੀ ਗਾਂ ਨੂੰ, ਹੋਰ ਇਹ ਦੇਖੋ ਇਹ ਗਾਂ ਨੂੰ ਵੰਡਾ ਪਾ ਤਾ, ਇਹ ਗਾਂ ਚੁੱਪ ਜਾਏਗੀ ਜੀ, ਛੇਤੀ ਕਿਤੇ ਗਾਂ ਚੁੱਪ ਜਾਏਗੀ।